ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਗੁਰੂ ਨਾਨਕ ਦੇਵ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦੀ ਸਮੂਹ ਸੰਗਤ ਨੂੰ ਬਹੁਤ ਬਹੁਤ ਵਧਾਈ ਹੋਵੇ ਨਨਕਾਣਾ ਸਾਹਿਬ ਵੇਖੇ ਅਸੀਂ ਇੱਕ ਪੰਜਾਬੀ ਲਹਿਰ ਦੀ ਟੀਮ ਇੱਥੇ ਮੌਜੂਦ ਹੈ ਅਤੇ ਇੱਥੇ ਵੱਖ ਵੱਖ ਸੰਸਥਾਵਾਂ ਦੇ ਵਿੱਚ ਸਿੱਖ ਵੀਰ ਜਿਹੜੇ ਨੇ ਉਹ ਕੰਮ ਕਰ ਰਹੇ ਨੇ ਸਾਡੇ ਨਾਲ ਇੱਥੇ ਇਸ ਵਕਤ ਮੌਜੂਦ ਨੇ ਪੰਜਾਬ ਅਸੈਂਬਲੀ ਦੇ ਮੈਂਬਰ ਰਮੇਸ਼ ਸਿੰਘ ਅਰੋੜਾ ਸਾਹਿਬ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਦੀ ਸਾਂਝ ਵੀ ਪੰਜਾਬੀ ਲਹਿਰ ਦੇ ਚੈਨਲ ਵਿੱਚ ਜ਼ਰੂਰ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਰਮੇਸ਼ ਸਿੰਘ ਅਰੋੜਾ ਸਾਹਿਬ ਜੋ ਪੰਜਾਬ ਦੀ ਅਸੈਂਬਲੀ ਦੇ ਵਿੱਚ ਮੈਂਬਰ ਨੇ ਜੋ ਸਾਡੀ ਸਿੱਖ ਕੌਮ ਦੀ ਪੱਗ ਜਿਹੜੀ ਹੈ ਹੋਰ ਵੀ ਉੱਚੀ ਕਰ ਰਹੇ ਕਿਉਂਕਿ ਸਿੱਖ ਕੌਮ ਦੀ ਪਾਪੂਲੇਸ਼ਨ ਜਿਹੜੀ ਪਾਕਿਸਤਾਨ ਦੇ ਵਿੱਚ ਹੈ ਉਹ ਬਹੁਤ ਹੀ ਥੋੜ੍ਹੀ ਹੈ ਲਗਭਗ 10,000 ਦੇ ਕਰੀਬ ਦੱਸੀ ਜਾਂਦੀ ਹੈ ਲੇਕਿਨ ਇਸ ਦੇ ਬਾਵਜੂਦ ਸਾਡਾ ਇੱਕ ਸਿੱਖ ਵੀਰ ਜਿਹੜਾ ਉਹ ਪੰਜਾਬ ਦੀ ਅਸੈਂਬਲੀ ਦੇ ਵਿੱਚ ਮੌਜੂਦ ਹੈ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਆਓ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੇ ਤਾਂ ਮੈਂ ਆਪਣੇ ਛੋਟੇ ਵੀਰ ਲਵਲੀ ਨੂੰ ਵਧਾਈ ਪੇਸ਼ ਕਰਦਾ ਔਰ ਉਸ ਤੋਂ ਬਾਅਦ ਪੰਜਾਬੀ ਲਹਿਰ ਜਿਹੜਾ ਕਿ ਇੱਕ ਆਪਣੇ ਰਾਹੀਂ ਦੁਨੀਆ ਭਰ ਨੂੰ ਪੈਗਾਮ ਦੇ ਰਿਹਾ ਹੈ ਪਾਕਿਸਤਾਨ 'ਚ ਵਸਣ ਵਾਲੇ ਸਿੱਖਾਂ ਦੇ ਬਾਰੇ ਪਾਕਿਸਤਾਨ 'ਚ ਜਿਹੜੇ ਸਿੱਖਾਂ ਦੇ ਇਤਿਹਾਸਿਕ ਸਥਾਨ ਨੇ ਉਹਨਾਂ ਦੇ ਬਾਰੇ ਔਰ ਲਵਲੀ ਵੀਰ ਜਿਹੜੇ ਸਾਡੇ ਇਸ ਟਾਈਮ ਯੂਥ ਹੈ ਉਹਨਾਂ ਦਾ ਜਿਹੜੀ ਕਿ ਪਾਕਿਸਤਾਨ ਦੀ ਸ਼ਾਨ ਨੇ ਪਾਕਿਸਤਾਨ ਦਾ ਨਾਂ ਉੱਚਾ ਕਰ ਰਹੇ ਨੇ ਸੋ ਮੈਂ ਤੁਹਾਨੂੰ ਸਭ ਨੂੰ ਵਧਾਈ ਪੇਸ਼ ਕਰਦਾ ਔਰ ਅਰਦਾਸ ਕਰਦਾ ਸੱਚੇ ਪਾਤਸ਼ਾਹ ਅੱਗੇ ਕਿ ਪੰਜਾਬੀ ਲਹਿਰ ਅਤੇ ਲਵਲੀ ਸਿੰਘ ਇਸੇ ਤਰੀਕੇ ਨਾਲ ਦੁਨੀਆ ਭਰ ਦੇ ਵਿੱਚ ਸਿੱਖੀ ਦਾ ਪਾਕਿਸਤਾਨ ਦਾ ਨਾਂ ਰੋਸ਼ਨ ਕਰਨ ਮੈਂ ਅੱਜ ਦੇ ਸ਼ੁਭ ਦਿਹਾੜੇ 'ਤੇ ਦੁਨੀਆ ਭਰ ਦੇ ਵਸਣ ਵਾਲੇ ਸਿੱਖਾਂ ਨੂੰ ਨਾਨਕ ਨਾਮ ਲੇਵਾ ਨੂੰ ਅਤੇ ਆਪਣੇ ਜਿਹੜੇ ਜਿਹੜੇ ਕਿ ਗੁਰੂ ਨਾਨਕ ਪਾਤਸ਼ਾਹ ਦੇ ਮੰਨਣ ਵਾਲੇ ਹਨ ਉਹਨਾਂ ਸਭ ਨੂੰ ਵਧਾਈ ਪੇਸ਼ ਕਰਦਾ ਇਹ ਗੁਰੂ ਨਾਨਕ ਪਾਤਸ਼ਾਹ ਦਾ 559ਵਾਂ ਜਨਮ ਦਿਹਾੜਾ ਅਸੀਂ ਨਨਕਾਣਾ ਸਾਹਿਬ ਵਿਖੇ ਮਨਾ ਰਹੇ ਹਾਂ ਦੁਨੀਆ ਭਰ ਦੀਆਂ ਸੰਗਤਾਂ ਪਾਕਿਸਤਾਨ ਦੀ ਇਸ ਪਵਿੱਤਰ ਧਰਤੀ ਸ੍ਰੀ ਨਨਕਾਣਾ ਸਾਹਿਬ ਆਈਆਂ ਹਨ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ ਮੈਂ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਇਸ ਨਨਕਾਣਾ ਸਾਹਿਬ 'ਤੇ ਇਸ ਗੁਰੂ ਨਾਨਕ ਪਾਤਸ਼ਾਹ ਦੀ ਨਗਰੀ 'ਤੇ ਇਸ ਪਾਕ ਪਵਿੱਤਰ ਧਰਤੀ ਪਾਕਿਸਤਾਨ 'ਤੇ ਆਪਣਾ ਅਮਨ ਰੱਖਣ ਆਪਣਾ ਮੇਹਰ ਪ੍ਰਯਾਤ ਰੱਖਣ ਪਾਕਿਸਤਾਨ 'ਚ ਵਸਣ ਵਾਲੇ ਸਿੱਖ ਜਿਸ ਤਰ੍ਹਾਂ ਕਿ ਲਵਲੀ ਜੀ ਦੱਸ ਰਹੇ ਸਨ ਕਿ ਉਹਨਾਂ ਦੀ ਗਿਣਤੀ ਤਾਂ ਸ਼ਾਇਦ 10 ਤੋਂ 15 ਹਜ਼ਾਰ ਹੈ ਲੇਕਿਨ ਜਿਹੜਾ ਮਾਣ ਸਨਮਾਨ ਗੁਰੂ ਨਾਨਕ ਪਾਤਸ਼ਾਹ ਦੀ ਦਿੱਤੀ ਹੋਈ ਇਸ ਦਸਤਾਰ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਦਿੱਤੀ ਹੋਈ ਦਸਤਾਰ ਨੂੰ ਪਾਕਿਸਤਾਨ ਦੀ ਧਰਤੀ 'ਚ ਮਿਲਿਆ ਹੈ ਸ਼ਾਇਦ ਦੁਨੀਆ ਦੇ ਕਿਸੇ ਹੋਰ ਖਜ਼ਾਨੇ 'ਚ ਜਾਂ ਕਿਸੇ ਹੋਰ ਕੋਨੇ ਜਾਂ ਨੁੱਕਰ 'ਚ ਨਹੀਂ ਮਿਲਿਆ ਸੋ ਅਰਦਾਸ ਕਰਦਾ ਇਸੇ ਤਰੀਕੇ ਨਾਲ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਲੇ ਸਰਬੱਤ ਦਾ ਭਲਾ ਹੋਵੇ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਨਾਲ ਆਪਣਾ ਮਿਹਰ ਕਰਨ ਮੈਂ ਆਖਰ 'ਚ ਇੱਕ ਦਫ਼ਾ ਫਿਰ ਪਾਕਿਸਤਾਨ ਅਤੇ ਦੁਨੀਆ ਭਰ ਦੇ ਸਿੱਖਾਂ ਨੂੰ ਇਸ ਮੌਕੇ 'ਤੇ ਵਧਾਈ ਪੇਸ਼ ਕਰਦਾ ਜੀ